ਹਾਂਜੀ ਤੁਸੀਂ ਦੇਖ ਰਹੇ ਹੋ ਜੀ ਆਪਣਾ ਫਤੂਰ ਇੰਟਰਨੈਸ਼ਨਲ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਵੀਡੀਓ ਦੇ ਵਿੱਚ ਕੁਝ ਗੁੱਡ ਨਿਊਜ਼ ਵੀ ਹੋਣਗੀਆਂ ਤੇ ਕੁਝ ਬੈਡ ਨਿਊਜ਼ ਵੀ ਹੋਣਗੀਆਂ ਤਾਂ ਕੋਸ਼ਿਸ਼ ਕਰਿਓ ਕਿ ਵੀਡੀਓ ਨੂੰ ਪੂਰਾ ਹੀ ਦੇਖਿਓ ਸਭ ਤੋਂ ਜਿਹੜੀ ਪਹਿਲੀ ਖਬਰ ਹੈ ਜੀ ਮਹਿੰਗਾਈ ਦੇ ਨਾਲ ਸੰਬੰਧਿਤ ਹੈ ਇਟਲੀ ਦੇ ਵਿੱਚ ਤੇ ਯੂਰਪ ਦੇ ਵਿੱਚ ਜਿੱਦਾਂ ਕਿ ਪਿਛਲੇ ਕੁਝ ਸਮੇਂ ਪਹਿਲਾਂ ਵੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਕਿ ਇਨਫਲੇਸ਼ਨ ਜਿਹੜੀ ਹੈ ਜਿਸ ਨੂੰ ਆਪਾਂ ਮੋਦਰਾ ਸਫੀਤੀ ਵੀ ਕਹਿੰਦੇ ਹਾਂ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਮੋਦਰਾ ਸਫੀਤੀ ਵਧਦੀ ਇਨਫਲੇਸ਼ਨ ਵਧਦੀ ਹੈ ਤੁਸੀਂ ਜਿਹੜੀਆਂ ਕੀਮਤਾਂ ਉੱਪਰ ਜਾਣੀਆਂ ਸ਼ੁਰੂ ਹੋ ਜਾਂਦੀਆਂ ਨੇ ਮਤਲਬ ਜਿਹੜੀ ਇੱਕ ਬੈਡ ਨਿਊਜ਼ ਹੁੰਦੀ ਹੈ ਪਰੰਤੂ ਹੁਣ ਕੀ ਹੋਇਆ ਹੈ ਕਿ ਬਹੁਤ ਜਿਹੜੀਆਂ ਗੁੱਡ ਨਿਊਜ਼ ਸ਼ੁਰੂ ਹੋ ਚੁੱਕੀਆਂ ਨੇ ਯੂਰਪ ਦੇ ਵਿੱਚੋਂ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜੀ ਇਨਫਲੇਸ਼ਨ ਹੈ ਉਹ ਘਟਣੀ ਸ਼ੁਰੂ ਹੋ ਚੁੱਕੀ ਹੈ ਥੱਲੇ ਜਾਣੀ ਸ਼ੁਰੂ ਹੋ ਚੁੱਕੀ ਹੈ ਡਾਊਨ ਜਾ ਰਹੀ ਹੈ ਅਗਰ ਇਨਫਲੇਸ਼ਨ ਡਾਊਨ ਜਾ ਰਹੀ ਹੈ ਤਾਂ ਮਤਲਬ ਕਿ ਇਹ ਜਿਹੜੀਆਂ ਕੀਮਤਾਂ ਜੋ ਵੀ ਘਟਣੀਆਂ ਸ਼ੁਰੂ ਹੋ ਜਾਣਗੀਆਂ ਹੁਣ ਤੁਸੀਂ ਜਦੋਂ ਮਾਰਕੀਟ ਦੇ ਵਿੱਚ ਜਾਓਗੇ ਕੋਈ ਸਮਾਨ ਖਰੀਦਣ ਦੇ ਵਾਸਤੇ ਤੁਸੀਂ ਆਪਣੇ ਆਪ ਇਸ ਚੀਜ਼ ਨੂੰ ਮਹਿਸੂਸ ਕਰੋਗੇ ਕਿ ਚੀਜ਼ਾਂ ਦੇ ਰੇਟ ਜਿਹੜੀਆਂ ਹਨ ਡਾਊਨ ਜਾਣੇ ਸ਼ੁਰੂ ਇਸ ਤੋਂ ਬਾਅਦ ਜਰਮਨ ਦੇ ਵਿੱਚ ਵੀ ਦੱਸਿਆ ਗਿਆ ਹੈ ਜਿਹੜੀ ਜਾਣਕਾਰੀ ਮਿਲੀ ਉਹਦੇ ਵੀ ਦੱਸਿਆ ਗਿਆ ਕਿ ਜਿਹੜੀ ਇਹ ਡਾਉਨ ਜਾਣੀ ਸ਼ੁਰੂ ਹੋ ਚੁੱਕੀ ਹੈ ਸਪੇਨ ਦੇ ਵਿੱਚ ਵੀ ਜਿਹੜੀਆਂ ਕੀਮਤਾਂ ਦੇ ਵਿੱਚ ਕਮੀ ਆਣੀ ਸ਼ੁਰੂ ਹੋ ਚੁੱਕੀ ਹੈ ਚਲਦੇ ਹਾਂ ਜੀ ਜਿਹੜਾ ਇੱਕ ਹੋਰ ਅਪਡੇਟ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਸੁਪਰ ਇਨਫਲੇਸ਼ਨ ਦੱਸਿਆ ਗਿਆ ਕਿ ਜਿਹੜੀ ਸੁਪਰ ਇਨਫਲੇਸ਼ਨ ਹੈ ਕੀ ਸੱਚਮੁੱਚ ਉਹ ਖਤਮ ਹੋ ਚੁੱਕੀ ਹੈ ਕੁਝ ਨਿਸ਼ਾਨੀਆਂ ਜਿਹੜੀਆਂ ਦਿੱਤੀਆਂ ਗਈਆਂ ਹਨ ਹਾਂਜੀ ਅਗਲਾ ਜਿਹੜਾ ਅਪਡੇਟ ਆਇਆ ਹੈ ਜਿਹਦੇ ਉਹਦੇ ਵਿੱਚ ਬੋਨਸਸ ਤੇ ਜਿਹੜੇ ਬੈਨੀਫਿਟਸ ਵਗੈਰਾ ਹੋਣਗੇ ਜਿਹੜੇ ਯੂਰਪ ਦੇ ਵਿੱਚ ਲੋਕ ਰਹਿੰਦੇ ਹਨ ਯੂਰਪੀਅਨ ਯੂਨੀਅਨ ਦੇ ਵਿੱਚ ਇਹਨਾਂ ਦੇ ਵਾਸ 600 ਯੂਰੋ ਦੀ ਪਰ ਫੈਮਿਲੀ ਜਿਹੜੀ ਮਦਦ ਹੈ ਤੇ ਜਿਹੜੀ ਕਾਰ ਹੈ ਜਿਨ੍ਹਾਂ ਦੇ ਵਾਸਤੇ ਗਿਫਟ ਹੈ ਇਸੇ ਖਬਰ ਨੂੰ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਰਹੇ ਹਾਂ ਇਸੇ ਤੋਂ ਤੁਹਾਨੂੰ ਇਹ ਦੱਸਦੇ ਕਿ ਇਟਲੀ ਦੇ ਵਿੱਚ ਇਸ ਟਨ ਜਿਹੜੇ ਬਹੁਤ ਘੱਟ ਬੱਚੇ ਹਨ ਤੇ ਇਸ ਟਮੇ ਇਟਲੀ ਜਿਹੜਾ ਹੈ ਜੀ ਇੱਕ ਬਿਮਾਰ ਦੇਸ਼ਾਂ ਦੀ ਸ਼੍ਰੇਣੀ ਦੇ ਵਿੱਚ ਆ ਰਿਹਾ ਹੈ ਇਸ ਮਾਮਲੇ ਦੇ ਵਿੱਚ ਇਟਲੀ ਦਾ ਜਿਹੜਾ ਰਿਕਾਰਡ ਹੈ ਜੀ ਇਸ ਮਾਮਲੇ ਦੇ ਵਿੱਚ ਨੈਗੇਟਿਵ ਦੇ ਵਿੱਚ ਜਾ ਰਿਹਾ ਹੈ ਇਟਲੀ ਦੇ ਵਿੱਚ 2021 ਦੇ ਵਿੱਚ 399431 ਬੱਚਿਆਂ ਦਾ ਜਨਮ ਹੋਇਆ ਹੈ ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 709000 ਸੀ ਮਤਲਬ ਜਿੰਨਾ ਲੋਕਾਂ ਦਾ ਜਨਮ ਹੋਇਆ ਬੱਚਿਆਂ ਦਾ ਉਸ ਤੋਂ ਡਬਲ ਲੋਕਾਂ ਦੀ ਜਿਹੜੀ ਗਿਣਤੀ ਦੇ ਵਿੱਚ ਮੌਤ ਹੋਈ ਹੈ ਇਹਦੇ ਨਾਲ ਜਿਹੜੀ ਇੱਥੋਂ ਦੀ ਆਬਾਦੀ ਉਹ ਘਟਣੀ ਸ਼ੁਰੂ ਹੋ ਚੁੱਕੀ ਹੈ ਜਿਹੜੀ ਐਵਰੇਜ ਇਟਲੀ ਦੇ ਵਿੱਚ ਨਿਕਲੀ ਹੈ ਇੱਕ ਔਰਤ ਦੇ ਪਿੱਛੇ 1.1 ਆਪਣਾ 2.4 ਜਿਹੜੀ ਹੈ ਜੀ ਐਵਰੇਜ ਹੈ ਬੱਚਿਆਂ ਦੀ ਜਦੋਂ ਕਿ ਯੂਰਪ ਦੀ ਜਿਹੜੀ ਮੇਨ ਐਵਰੇਜ ਨਿਕਲਦੀ ਹੈ ਪਰ ਔਰਤ ਪਰ ਬੱਚਾ 1.5 ਨਿਕਲਦੀ ਹੈ ਬਾਕੀ ਪਰਿਵਾਰ ਦੀ ਮਦਦ ਦੇ ਵਾਸਤੇ ਜਿਹੜਾ ਇਟਲੀ ਵਿੱਚ ਪੈਸਾ ਖਰਚ ਕੀਤਾ ਜਾਂਦਾ ਸਰਕਾਰ ਦੇ ਵੱਲੋਂ ਜਿਹੜੀ ਇਨਵੈਸਟਮੈਂਟ ਹੁੰਦੀ ਹੈ ਇਟਲੀ ਦੇ ਵਿੱਚ ਤਕਰੀਬਨ 20 ਬਿਲੀਅਨ ਦੀ ਯੂਰੋ ਜਿਹੜੀ ਹੈ ਜੀ ਰਕਮ ਖਰਚੀ ਜਾਂਦੀ ਹੈ ਜਦੋਂ ਕਿ ਇਹਦੇ ਮੁਕਾਬਲੇ ਜਰਮਨ ਦੇ ਵਿੱਚ 116 ਬਿਲੀਅਨ ਦੀ ਐਰੋ ਜਿਹੜੀ ਰਕਮ ਹੈ ਪਰਿਵਾਰ ਨੂੰ ਸਪੋਰਟ ਦੇਣ ਦੇ ਵਾਸਤੇ ਜਿਹੜੀ ਮਦਦ ਕੀਤੀ ਜਾਂਦੀ ਹੈ ਸਰਕਾਰਾਂ ਦੇ ਵੱਲੋਂ ਫਰਾਂਸ ਦੇ ਵਿੱਚ 62 ਬਿਲੀਅਨ ਦੀ ਐਰੋ ਇਸ ਤੋਂ ਵੱਧ ਜਿਹੜੀ ਗਵਰਨਮੈਂਟ 2022 ਦੇ ਵਿੱਚ ਆਉਂਦੀ ਹੈ ਤਾਂ ਦਰਾਗੀ ਗਵਰਨਮੈਂਟ ਨੇ ਕੀ ਕੀਤਾ ਕਿ ਜਿੰਨੀ ਵੀ ਜੀਡੀਪੀ ਇਟਲੀ ਦੀ ਬਣਦੀ ਹੈ ਇਹਦਾ 1.4% ਜਿਹੜਾ ਹੈ ਉਹ ਫੈਮਲੀ ਨੂੰ ਸਪੋਰਟ ਕਰਨ ਦੇ ਵਾਸਤੇ ਜਿਹੜੀਆਂ ਪੋਲਿਸੀਜ਼ ਵਗੈਰਾ ਬਣਾਈਆਂ ਉਹਦੇ ਜਿਹੜਾ ਅਸਰ ਕੀ ਹੋਇਆ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਐਸਐਨਓ ਅਨੇਕੋ ਹੁੰਦੇ ਹਨ ਉਹਨਾਂ ਦੇ ਵਿੱਚ ਬੜੌਤਰੀ ਲੋਕਾਂ ਨੂੰ ਹੋਈ ਹੈ ਜਿਆਦਾ ਪੈਸੇ ਮਿਲਣੇ ਸ਼ੁਰੂ ਹੋਏ ਹਨ ਸਰਕਾਰ ਉਹਨਾਂ ਲੋਕਾਂ ਦੀ ਮਦਦ ਕਰ ਰਹੀ ਹੈ ਜਿਨ੍ਹਾਂ ਦੇ ਜਿਆਦਾ ਬੱਚੇ ਹਨ ਜਿੰਨੇ ਜਿਆਦਾ ਕਿਸੇ ਦੇ ਬੱਚੇ ਹਨ ਉੰਨੀ ਜਿਆਦਾ ਉਸ ਨੂੰ ਮਦਦ ਕੀਤੀ ਜਾ ਰਹੀ ਹੈ ਇਹਦੇ ਪਿੱਛੇ ਮੇਨ ਸਰਕਾਰ ਦਾ ਜਿਹੜਾ ਏਮਕੀ ਹੈ ਤਾਂ ਕਿ ਇਟਲੀ ਦੀ ਜਿਹੜੀ ਆਬਾਦੀ ਹੈ ਜੋ ਜਿਆਦਾ ਵਧੇ ਕਿਉਂਕਿ ਇਟਲੀ ਦੀ ਆਬਾਦੀ ਨੈਗੇਟਿਵ ਦੇ ਵਿੱਚ ਜਾ ਰਹੀ ਹੈ ਆਬਾਦੀ ਘਟ ਰਹੀ ਹੈ ਬਾਕੀ ਹੁਣ ਤੁਹਾਨੂੰ ਇਹ ਦੱਸ ਦਈਏ ਕਿ ਇੱਕ ਦੇਸ਼ ਜਿਹੜਾ ਕਿ ਕਾਰ ਵੀ 7 ਸੀਟਰ ਕਾਰ ਦਿੰਦਾ ਹੈ ਇੱਕ ਫੈਮਿਲੀ ਦੇ ਵਾਸਤੇ ਇਹ ਦੇਸ਼ ਹੈ ਜੀ ਹੰਗਰੀ ਜਿਹਦੇ ਵਿੱਚ ਪਹਿਲਾ ਬੱਚਾ ਹੋਣ ਦਿੱਤੀ 30 ਯੂਰੋ ਮਿਲਦੀਆਂ ਦੂਜੇ ਦੇ ਉੱਤੇ 37 ਯੂਰੋ ਤੇ ਜਿੱਤੇ 44 ਯੂਰੋ ਇਹ ਦੇਖਤਾਂ ਜਿਹੜੀ ਮਦਦ ਹੋ ਗਈ ਕੰਟਰੀਬਿਊਟੀ ਹੋ ਗਈ ਪਰਿਵਾਰ ਨੂੰ ਦੂਜੀ ਵਾਰ ਤੁਸੀਂ ਇਹ ਨਹੀਂ ਕੀ ਦੱਸਿਆ ਕਿ ਅਲ 1300 ਫੀਰੀ ਲੋਸਤਾ ਤੋਂ ਫਿਰ ਅਸੀਂ ਆ ਨੀ ਉਪਰੋਂ ਆਤਵਾਸੀ ਤੇ ਪੋਸਤੀ ਮोले ਇੱਕ ਕਾਰ ਜੋਗਾ ਜਿਹੜਾ ਹੈ ਜੀ ਰਕਮ ਤੁਹਾਨੂੰ ਦਿੱਤੀ ਜਾਂਦੀ ਹੈ ਤਾਂ ਕਿ ਤੁਸੀਂ 7 ਸੀਟਰ ਕਾਰ ਖਰੀਦ ਸਕੋ ਅਗਰ ਤੀਸਰਾ ਬੱਚਾ ਕਿਸੇ ਦੇ ਹੁੰਦਾ ਹੈ ਬਾਕੀ ਕੋਸ਼ਿਸ਼ ਕਰਾਂਗੇ ਕਿ ਇਸ ਤੇ ਵਾਸਤੇ ਇੱਕ ਵੀਡੀਓ ਵੱਖਰੀ ਬਣਾਈ ਜਾਵੇ ਤਾਂ ਕਿ ਜਿਹੜੀ ਪੂਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇ ਹੁਣ ਚਲਦੇ ਹਾਂ ਜੀ ਆਪਣੀ ਨੈਕਸਟ ਖਬਰ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਖਬਰ ਹੈ ਜੀ ਆਪਾਂ ਇਸ ਖਬਰ ਨੂੰ ਧਿਆਨ ਦੇ ਨਾਲ ਦੇਖੀਏ ਜਿੱਦਾਂ ਕਿ ਮਿਨਿਸਟਰ ਸਾਹਿਬ ਨੇ ਕਿਹਾ ਹੈ ਕਿ ਜਿਹੜੀ ਤੁਹਾਨੂੰ ਗੁੱਡ ਨਿਊਜ਼ ਬਹੁਤ ਜਲਦੀ ਦੇਵਾਂਗੇ ਠੀਕ ਹੈ ਜੀ ਗੁੱਡ ਨਿਊਜ਼ ਉਹਨਾਂ ਨੇ ਕਹੀ ਹੈ ਪਰੰਤੂ ਇਹਦੇ ਪਿੱਛੇ ਜਿਹੜਾ ਮੇਨ ਹੈ ਇੱਕ ਉਹਨਾਂ ਦਾ ਜਿਹੜੀ ਦੂਜੀ ਗੱਲ ਹੈ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਪਹਿਲਾਂ ਜਿਹੜੇ ਆਰਡੀਸੀ ਲੋਕ ਲੈ ਰਹੇ ਹਨ ਇਟਲੀ ਦੇ ਵਿੱਚ ਆਰਡੀ ਮਤਲਬ ਆਰਡੀਸੀ ਦਾ ਮਤਲਬ ਕੀ ਰਾਜਤੂ ਦੀ ਚੀਤਾ ਦੇ ਨਾਮ ਦਾ ਕਿਉਂਕਿ ਸਰਕਾਰ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਹਨ ਜੀ ਬਹੁਤ ਪੈਸਾ ਲੈ ਰਹੇ ਹਨ ਤੇ ਕਈ ਸਰਕਾਰ ਇਸ ਚੀਜ਼ ਨੂੰ ਸਮਝ ਚੁੱਕੀ ਹੈ ਸਰਕਾਰ ਹੁਣ ਕੀ ਚਾਹੁੰਦੀ ਹੈ ਕਿ ਬਾਹਰਲੇ ਬੰਦਿਆਂ ਨੂੰ ਸਦਨ ਤੋਂ ਪਹਿਲਾਂ ਸਰਕਾਰ ਚਾਹੁੰਦੀ ਹੈ ਕਿ ਜਿਹੜੇ ਲੋਕ ਇੱਥੇ ਵਿਲੇ ਬੈਠੇ ਹਨ ਕੰਮਾਂ ਤੋਂ ਇਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਅਡਜਸਟ ਕੀਤਾ ਜਾਵੇ ਸੋ ਸਰਕਾਰ ਇਹਨਾਂ ਦੇ ਵਾਸਤੇ ਵੀ ਜਿਹੜਾ ਬੜਾ ਧਿਆਨ ਨਾਲ ਸੋਚ ਰਹੀ ਹੈ ਸਕੀਮਾਂ ਲਾ ਰਹੀ ਹੈ ਕਿ ਕੀ ਕੀਤਾ ਜਾਵੇ ਬਾਕੀ ਦੇ ਨਾਲ ਹੀ ਜਿਹੜਾ ਇਹ ਬਿਆਨ ਆਇਆ ਕਿ ਪਹਿਲਾਂ ਜਿਹੜੇ ਇੱਥੇ ਵਾਲੇ ਲੋਕ ਹਨ ਜੀ ਪਹਿਲਾਂ ਇੱਥੇ ਲੋਕਾਂ ਨੂੰ ਪਹਿਲ ਦਿੱਤੀ ਜਾਏਗੀ ਜਿਹੜੇ ਇਟਲੀ ਦੇ ਵਿੱਚ ਵਿਲੇ ਲੋਕ ਹਨ ਇਹਦਾ ਸਿੱਧੇ ਅਰਥਾਂ ਵਿੱਚ ਇਹੀ ਮਤਲਬ ਹੁੰਦਾ ਹੈ ਕਿ ਜਿਹੜਾ ਸਰਕਾਰ ਨੇ ਲੱਖ ਦਾ ਬੰਦੇ ਦਾ ਕੋਟਾ ਜਿਹੜਾ ਪਹਿਲਾਂ ਦ ਇਦੇ ਵਿੱਚ ਕਮੀ ਕੀਤੀ ਜਾ ਸਕਦੀ ਹੈ ਕਿਉਂਕਿ ਹੋ ਸਕਦਾ ਹੈ ਕਿ ਇੱਥੋਂ ਹੀ ਇਟਲੀ ਦੇ ਵਿੱਚੋਂ ਹੀ ਕਾਫੀ ਬੰਦੇ ਜਿਹੜੇ ਉਪਲਬਧ ਹੋ ਜਾਣ ਖੇਤੀਬਾੜੀ ਦੇ ਕੰਮਾਂ ਦੇ ਵਾਸਤੇ ਡੇਰੀ ਫਾਰਮ ਦੇ ਵਿੱਚ ਹੋਰ ਜਗ੍ਹਾ ਦੇ ਉੱਤੇ ਵੀ ਅਗਰ ਉਸ ਤੋਂ ਬਾਅਦ ਕੁਝ ਗੁੰਜਾਇਸ਼ ਬਚੇਗੀ ਤਾਂ ਉਸ ਤੋਂ ਬਾਅਦ ਜਿਹੜਾ ਕੋਟਾ ਜਾਰੀ ਕੀਤਾ ਜਾ ਸਕਦਾ ਹੈ ਬਾਕੀ ਉਹ ਲੋਕ ਜਿਹੜੇ ਕਿ ਸਿਹਤ ਤੇ ਤਰਨਤਾ ਵਗੈਰਾ ਨਹੀਂ ਭਰਦੇ ਉਹਨਾਂ ਨੂੰ ਜਿਹੜਾ ਹੈ ਜੀ ਜ਼ਰੂਰ ਇਹ ਭਰਨਾ ਚਾਹੀਦਾ ਫਿਲ ਕਰਨਾ ਚਾਹੀਦਾ ਹੈ ਇਸੇ ਤੋਂ ਨਹੀਂ ਦੱਸ ਜੀ ਕਿ ਅਗਰ ਤੁਸੀਂ ਇੱਕ ਵਾਰ ਸਿਹਤ ਤੇ ਤਰਨਤਾ ਦਾ ਦਮੰਦਾ ਕਰ ਦਿਓ ਮਤਲਬ ਜਿਹੜਾ ਹੁੰਦਾ ਹੈ ਤੇ ਤੁਹਾਨੂੰ ਫੇਰ ਹਰ ਸਾਲ ਜਿਹੜਾ ਹੈ ਜੀ ਰਿਟਰਨ ਭਰਨੀ ਚਾਹੀਦੀ ਹੈ ਇਹਦੇ ਵਿੱਚ ਕੋਈ ਵੀ ਜਿਹੜਾ ਹੈ ਜੀ ਨਾਗਾ ਨਹੀਂ ਪਾਉਣਾ ਚਾਹੀਦਾ ਸਿਹਤ ਤ੍ਰਿੰਤਾ ਦੇ ਵਿੱਚ ਬਹੁਤ ਸਾਰੇ ਲੋਕ ਡਰਦੇ ਹਨ ਕਿ ਕਈ ਵਾਰ ਕੀ ਉਹਨਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਸਕਦਾ ਸਿਹਤ ਤ੍ਰਿੰਤਾ ਇਸ ਤਰ੍ਹਾਂ ਹੁੰਦਾ ਹੈ ਕਿ ਇਹਦੇ ਵਿੱਚ ਤੁਹਾਨੂੰ ਜਿਹੜੇ ਜਿੱਦਾਂ ਕੀ ਸਰਕਾਰ ਦੇ ਵੱਲੋਂ ਤੁਸੀਂ ਜੋ ਵੀ ਕੋਈ ਸਹੂਲਤਾਂ ਲੈਂਦੇ ਹੋ ਜਾਂ ਜੋ ਵੀ ਪੈਸਾ ਤੁਸੀਂ ਟੈਕਸ ਦੇ ਰੂਪ ਦੇ ਵਿੱਚ ਸਰਕਾਰ ਨੂੰ ਦਿੰਦੇ ਹੋ ਇੱਕ ਵਕੀਲ ਦੇ ਵੱਲੋਂ ਜਿਹੜੇ ਕੀ ਸਿਹਤ ਤ੍ਰਿੰਤਾ ਕਰਦੇ ਹਨ ਉਹਨਾਂ ਦੇ ਵੱਲੋਂ ਇੱਕ ਮੁਲਾਂਕਣ ਕੀਤਾ ਜਾਂਦਾ ਉਹ ਵੀ ਦੇਖਿਆ ਜਾਂਦਾ ਕਿ ਤੁਹਾਡੇ ਕੀ ਖਰਚੇ ਹਨ ਤੇ ਕਿੰਨਾ ਕ ਪੈਸਾ ਤੁਸੀਂ ਕਮਾਇਆ ਹੈ ਤੇ ਕਿੰਨਾ ਕ ਖਰਚ ਕੀਤਾ ਹੈ ਕਿਹੜੇ ਕਿਹੜੇ ਤੁਸੀਂ ਟੈਕਸ ਦੇ ਰਹੋ ਕੀ ਕੀ ਕਰ ਰਹੇ ਹੋ ਕਿਰਾਇਆ ਮਕਾਨ ਦਾ ਕਿੰਨਾ ਦੇ ਰਹੇ ਹੋ ਕਿਉਂਕਿ ਮਕਾਨ ਦਾ ਕਿਰਾਏ ਦੀ ਵੀ ਇੱਕ ਸਰਕਾਰ ਲਿਮਿਟ ਮੰਦੀ ਜਿੱਦਾਂ ਕਿ 300 ਯੂਰੋ ਅਗਰ ਕਿਰਾਇਆ ਹੈ ਤੇ ਇਸ ਨੂੰ ਸਰਕਾਰ 0 ਮੰਦੀ ਹੈ ਮਤਲਬ ਜਿੰਨਾ ਜਿਆਦਾ ਮਕਾਨ ਦਾ ਕਿਰਾਇਆ ਘੱਟ ਹੋਵੇਗਾ ਉਨੀ ਜਿਹੜੀ ਸਹੂਲਤ ਹੈ ਜੀ ਸਰਕਾਰ ਦੇ ਵੱਲੋਂ ਘੱਟ ਮਿਲੇਗੀ ਜੇ ਸੁਪੋਜ਼ ਕਰੋ ਕਿ ਤੁਸੀਂ 500 ਯੂਰੋ ਕਿਰਾਇਆ ਦਿੰਦੇ ਹੋ ਤਾਂ 300 ਯੂਰੋ ਤੱਕ ਜਿਹੜੀ ਲਿਮਿਟ 0 ਹੈ ਉਸ ਤੋਂ ਕਿ ਜਿਹੜਾ 200 ਯੂਰੋ ਹੁੰਦਾ ਉਸ ਨੂੰ ਸਰਕਾਰ 200 ਯੂਰੋ ਗਣਦੀ ਹੈ ਫਰੂਜ਼ੇ ਉਤੇ ਟੈਕਸ ਦੇ ਵਿੱਚ ਥੋੜੀ-ਬਹੁਤ ਬੰਦੀ ਨੂੰ ਕਟੌਤੀ ਮਿਲਦੀ ਹੈ। ਬਾਕੀ ਪਰਮੇਸ਼ਵਰੀ ਸਜੂਰਨ ਨੂੰ ਬਾਰੇ ਸਰਕਾਰ ਜਿਹੜੀ ਹੈ ਜੂ ਕੈਨਸਲ ਕਰ ਸਕਦੀ ਹੈ ਵਿੱਚ ਕੋਈ ਸ਼ੱਕ ਨਹੀਂ ਹੈ। ਜਿਹੜੇ ਲੋਕਾਂ ਦੇ ਹੁਣ ਟੈਕਸ ਵਗੈਰਾ ਨਹੀਂ ਜਾ ਰਹੇ ਜਾਂ ਜਿਨ੍ਹਾਂ ਨੇ ਆਪਣੇ ਭਾਰਤੀ ਪਾਤੀਵੇ ਖੋਲੇ ਹੋਏ ਹਨ। ਉਸ ਬੇਸ ਦੇ ਉਤੇ ਜਿਹੜੇ ਸਜੂਰਨ ਵਗੈਰਾ ਆਪਣੀ ਰੀਨਿਊ ਕਰਾਉਂਦੇ ਹਨ। ਉਹਨਾਂ ਨੂੰ ਮੁਸ਼ਕਲ ਆ ਸਕਦੀ ਹੈ। ਸਜੂਰਨ ਜਿਹੜੀਆਂ ਹਨ ਜੀ ਬਲੌਕ ਹੋ ਸਕਦੀਆਂ ਹਨ। ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਤੁਸੀਂ ਕੰਮ ਕਰਦੇ ਹੋ ਇੱਕ ਨੰਬਰ ਦੇ ਵਿੱਚ ਕਰੋ। ਨੈਰੋ ਦੇ ਵਿੱਚ ਕੋਈ ਵੀ ਕੰਮ ਇਹੋ ਜਿਹਾ ਨਾ ਕਰੋ। ਤਾਂ ਕਿ ਜਿਹੜਾ ਤੁਹਾਡਾ ਟੈਕਸ ਹੈ ਜੀ ਤੁਹਾ ਤੁਜੀ ਦਿਨ ਨਾਲ ਤੁਹਾਨੂੰ ਸਯੂਰ ਨੂੰ ਲੈਣ ਦੇ ਵਿੱਚ ਵੀ ਕੋਈ ਦਿੱਕਤ ਨਾ ਆਵੇ। ਹਾਂਜੀ ਹੁਣ ਗੱਲ ਕਰੀਏ ਨੇਮ ਤੇ ਸਰਨੇਮ ਦੀ ਬਹੁਤ ਕਮੈਂਟ ਆ ਰਹੀ ਸੀ ਇਸ ਬਾਬਤ ਪੁੱਛਿਆ ਜਾ ਰਿਹਾ ਸੀ ਕਿ ਜਿਹੜਾ ਕੀ ਕਾਨੂੰਨ ਹੈ ਇਟਲੀ ਦੇ ਵਿੱਚ ਕੋਈ ਕੋਈ ਇਸ ਵਿੱਚ ਚੇਂजेस ਵਗੈਰਾ ਆਏ ਹਨ ਤੇ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਇਟਲੀ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਇਆ ਇਟਲੀ ਦੇ ਵਿੱਚ ਜਿਹੜਾ ਨੇਮ ਸਰਨੇਮ ਦੋਨੋਂ ਹੀ ਹੋਣੇ ਜ਼ਰੂਰੀ ਹਨ। ਉਹ ਦੁਬਈ ਦੀ ਵਾਲੀ ਖਬਰ ਸੀ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਸਰਨੇਮ ਹੋਣਾ ਹੋਣ ਜ਼ਰੂਰੀ ਹੈ। ਬਾਕੀ ਤੁਹਾਨੂੰ ਇੱਥੇ ਇਹ ਦੱਸ ਦਈਏ ਕਿ ਇੱਕ ਨਾਮ ਹੁੰਦਾ ਹੈ ਬੰਦੇ ਦਾ ਦੂਜਾ ਸਰਨੇਮ ਹੁੰਦਾ ਹੈ ਜੀ। ਇਹ ਕਿਸ ਤੋਂ ਇਲਾਵਾ ਮਿ ਜਿੱਦਾਂ ਕਿ ਮਿਡਲ ਨੇਮ ਜਿੱਦਾਂ ਤੁਹਾਨੂੰ ਦੱਸ ਦਿਆਂ ਕਿ ਜਿੱਦਾਂ ਕਿ ਇੱਕ ਨਾਮ ਸੁਣਿਆ ਹੋਵੇਗਾ ਤੁਸੀਂ ਇੱਕ ਵਿਸ਼ਨ ਸਿੰਘ ਬੀਦੀ ਇੱਕ ਨਾਮ ਹੋ ਗਿਆ ਜੀ ਵਿਸ਼ਨ ਸਿੰਘ ਹੋ ਗਿਆ ਜੀ ਮਿਡਲ ਨੇਮ ਬੀਦੀ ਹੋ ਗਿਆ ਜੀ ਕਨਿਉਮੇ ਜਾਂ ਇੱਕ ਨਾਮ ਸੁਣਿਆ ਹੋਵੇਗਾ ਰਾਮ ਕੁਮਾਰ ਜਾਦਵ ਇਹਦੇ ਵਿੱਚ ਇੱਕ ਨਾਮ ਹੋ ਗਿਆ ਜੀ ਇੱਕ ਮਿਡਲ ਨੇਮ ਹੋ ਗਿਆ ਇੱਕ ਸਰਨੇਮ ਹੋ ਗਿਆ ਜਾਂ ਫਿਰ ਕਈ ਵਾਰ ਬੰਦੇ ਦਾ ਨੇਮ ਤੇ ਸਰਨੇਮ ਵੀ ਹੁੰਦਾ ਜਿੱਦਾਂ ਕਿ ਅਜੀਤ ਸਿੰਘ ਅਜੀਤ ਉਸਦਾ ਨਾਮ ਹੋ ਗਿਆ ਤੇ ਸਿੰਘ ਜਿਹੜਾ ਹੈ ਜੀ ਉਸਦਾ ਕਨਿਉਮੇ ਹੋ ਗਿਆ ਸਰਨੇਮ ਅਗਰ ਤੁਸੀਂ ਯੂਰਪੀਅਨ ਕੰਟਰੀ ਦੇ ਵਿੱਚ ਆਉਂਦੇ ਹੋ ਤੇ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜਾ ਨਾਮ ਦੇ ਨਾਲ ਤੁਹਾਡਾ ਜਿਹੜਾ ਸਰਨੇਮ ਹੈ ਜੀ ਹੋਣਾ ਜ਼ਰੂਰੀ ਹੈ ਪਰੰਤੂ ਸਰਨੇਮ ਜਿਹੜਾ ਤੁਹਾਡਾ ਪਾਸਪੋਰਟ ਦੇ ਉੱਤੇ ਇੱਕ ਚੀਜ਼ ਦਾ ਖਿਆਲ ਰੱਖਣਾ ਹੈ ਜੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੈ ਤੇ ਤੁਸੀਂ ਜਿਹੜਾ ਹੈ ਜੀ ਆਪਣਾ ਸਰਨੇਮ ਵੀ ਲਿਖਾਇਆ ਹੈ ਕਿਉਂਕਿ ਬਹੁਤੇ ਲੋਕਾਂ ਦੇ ਨਾਲ ਇਸ ਤਰ੍ਹਾਂ ਹੋਇਆ ਹੈ ਪਾਸਪੋਰਟ ਦੇ ਉੱਤੇ ਜਿਹੜਾ ਇੱਕ ਨਾਮ ਵਾਲਾ ਕਾਲਮ ਹੁੰਦਾ ਜੀ ਉਹਦੇ ਵਿੱਚ ਤੁਹਾਡਾ ਨਾਮ ਹੋਣਾ ਚਾਹੀਦਾ ਹੈ ਤੇ ਜਿਹੜਾ ਸਰਨੇਮ ਹੈ ਉਹ ਜਿਹੜਾ ਮਿਡਲ ਨੇਮ ਤੋਂ ਇਲਾਵਾ ਇੱਕ ਹੋਰ ਹੁੰਦਾ ਹੈ ਜੀ ਸਰਨੇਮ ਜਿਸ ਦੇ ਵਿੱਚ ਲਿਖਿਆ ਹੁੰਦਾ ਹੈ ਉਸ ਦੇ ਵਿੱਚ ਹੀ ਸਰਨੇਮ ਤੁਹਾਡਾ ਹੋਣਾ ਚਾਹੀਦਾ ਹੈ ਸਪੋਜ਼ ਕਰੋ ਕਿ ਤੁਹਾਡਾ ਨਾਮ ਰਾਮ ਕੁਮਾਰ ਹੈ ਅਗਰ ਉਹਨਾਂ ਨੇ ਨੇਮ ਵਾਲੇ ਵਿੱਚ ਹੀ ਲਿਖ ਦਿੱਤਾ ਕਿ ਰਾਮ ਕੁਮਾਰ ਹੈ ਤਾਂ ਤੁਹਾਨੂੰ ਜਿਹੜਾ ਜ ਉਸ ਨੂੰ ਵੱਖਰਾ-ਵੱਖਰਾ ਕਰਉਣਾ ਪਵੇਗਾ ਕਿਉਂਕਿ ਜਿਹੜੀ ਭਾਸ਼ਾ ਦੇ ਵਿੱਚ ਕੰਪਿਊਟਰ ਕੰਮ ਕਰਦੀ ਹਨ ਕੰਪਿਊਟਰਾਂ ਦੇ ਵਾਸਤੇ ਜਿਹੜਾ ਇਹਨਾਂ ਨੂੰ ਜਿਹੜਾ ਸਰਨੇਮ ਉਸ ਦੇ ਵਿੱਚ ਐਂਟਰ ਕੀਤਾ ਜਾਂਦਾ ਹੈ ਸਰਨੇਮ ਪਹਿਲਾਂ ਕੰਪਿਊਟਰਾਂ ਦੇ ਵਿੱਚ ਆਉਂਦਾ ਹੈ ਬਾਕੀ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਆਪਾਂ ਫਿਰ ਮਿਲਾਂਗੇ ਜੀ ਕੋਈ ਸਵਾਲ ਹੋਵੇ ਕੋਈ ਕਮੈਂਟ ਬਾਕਸ ਵਿੱਚ ਤੁਸੀਂ ਲਿਖ ਸਕਦੇ ਹੋ ਤੇ ਕੋਸ਼ਿਸ਼ ਕਰਾਂਗੇ ਕਿ ਨੈਕਸਟ ਵੀਡੀਓ ਵਿੱਚ ਜਿਹੜਾ ਉਸਦਾ ਜਵਾਬ ਹੈ ਜੀ ਤੁਹਾਨੂੰ ਦਿੱਤਾ ਜਾਵੇ